ਪਿੰਡ ਕਕਰਾਲਾ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦਾ ਮ੍ਰਿਤਕ ਸਰੀਰ ਪਿੰਡ ਕਕਰਾਲਾ ਦੇ ਪੈਟਰੋਲ ਪੰਪ ਦੇ ਕੋਲੋਂ ਬਰਾਮਦ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਇਹ ਤਕਰੀਬਨ ਕੱਲ੍ਹ 4 ਵਜੇ ਆਇਆ ਜੀ ਪਿੰਡੋਂ, ਮਿਲ ਕੇ ਵੀ ਆਇਆ ਮੈਨੂੰ, ਅਤੇ ਅੱਗੇ ਵੀ ਸਾਈਕਲ 'ਤੇ ਜਾਂਦਾ ਰਹਿੰਦਾ, ਕਦੇ ਸੰਗਰੂਰ ਲੰਘੇ ਕਦੇ ਕਿੱਧਰ, ਮਹਾਂ ਕਿੱਧਰ ਚੱਲਿਆ, ਕਹਿੰਦਾ ਵੀ ਨਾਭੇ ਤੱਕ ਜਾ ਕੇ ਆਉਣਾ, ਮਹਾਂ ਵੀ ਹੁਣ ਟਾਈਮ ਨਹੀਂ, ਕਹਿੰਦਾ ਨਹੀਂ ਮੈਂ ਜਾਣਾ, ਚਲੋ ਨਾਭੇ ਆ ਗਿਆ। ਕਿੰਨੇ ਕੁ ਵਜੇ ਦੀ ਗੱਲ ਆ? ਇਹ 4 ਵਜੇ ਦੀ ਗੱਲ ਹੈ ਜੀ, ਜਿਹੜੀ ਉਹਦੀ ਮੇਰੇ ਨਾਲ ਗੱਲ। ਕੱਲ੍ਹ ਸ਼ਾਮੀ? ਹਾਂਜੀ ਕੱਲ੍ਹ ਸ਼ਾਮੀ। ਉਹ ਤੋਂ ਬਾਅਦ ਸਮਾਂ ਲੰਘਦਾ ਜੀ, ਤਕਰੀਬਨ 10:15 ਵੱਜਦੇ ਨੇ, 10:15-10:30 ਦੇ ਵਿੱਚ ਇਹਦੇ ਘਰੋਂ ਗੱਲ ਹੁੰਦੀ ਆ ਵੀ ਉਹ 8:30 ਵਜੇ ਗੱਲ ਇਹਨਾਂ ਦੇ ਘਰੋਂ ਵੀ ਗੱਲ ਹੁੰਦੀ ਆ ਆਪਦੀ ਘਰਵਾਲੀ ਨਾਲ, 8:00-8:30 ਦੇ ਵਿੱਚ ਗੱਲ ਹੋਈ ਆ। ਉਹ ਕਹਿੰਦੇ ਵੀ ਮੈਂ ਆ ਰਿਹਾ ਨਾਭੇ ਤੋਂ ਚੱਲਿਆ ਹੋਇਆ, ਇਹੀ ਗੱਲ ਹੋਈ ਤੀ? ਹਾਂ ਇਹੀ ਗੱਲ ਹੋਈ। ਉਹਦੇ ਬਾਅਦ 'ਚੋਂ 10:15-10:30 ਦੇ ਵਿੱਚ ਗੱਲ ਹੁੰਦੀ ਆ ਮੇਰੀ, ਕਹਿੰਦੇ ਵੀ ਆਇਆ ਨਹੀਂ ਉਹ, ਵੀ ਜਾ ਕੇ ਦੇਖ ਕੇ ਆਓ। ਉਸ ਤੋਂ ਬਾਅਦ ਮੈਂ ਇੱਕ ਪਿੰਡ ਮੁੰਡਾ ਜੀ ਲਾ ਗੁਰ ਅਮਰਪ੍ਰੀਤ ਸਿੰਘ ਲਾਲੀ, ਉਹਨੂੰ ਮੈਂ ਫੋਨ ਕਰਿਆ ਵੀ ਇੱਦਾਂ ਕਰਕੇ ਵੀ ਆਪਣੇ ਪਿੰਡ ਦਾ ਸੋਨੀ ਨਹੀਂ ਆਇਆ ਯਾਰ ਆਪਣਾ, ਵੀ ਆ ਜਾ ਉਹਨੂੰ ਮਾੜਾ ਜਿਹਾ ਦੇਖ ਕੇ ਜੀ ਨਾਭੇ ਤੱਕ। ਉਹ ਕਹਿੰਦਾ ਵੀ ਚੱਲ ਆ ਜੂ, 1/2 ਘੰਟਾ ਹੋਰ ਦੇਖ ਲਾ। ਚਲੋ ਮੇਰੇ ਤੋਂ ਰਿਹਾ ਨਹੀਂ ਗਾ, ਮੈਂ ਮੋਟਰਸਾਈਕਲ ਚੱਕਿਆ ਆ ਗਿਆ। ਆ ਕੇ ਕੇਰਾਂ ਤਾਂ ਸਲਾਹ ਜੀ ਬਦਲੀ ਅਚਲ ਤੋਂ ਮੁੜਨ ਦੀ ਵੀ ਖਬਰਾਂ ਕਿੱਥੇ ਆਉਣਾ ਕਿੱਥੇ ਨਾ, ਫਿਰ ਮੁੜ ਚੱਲਿਆ ਮੈਂ ਆ ਗਿਆ। ਹੌਲੀ ਹੌਲੀ ਆਉਂਦੇ ਕਕਰਾਲਾ ਵਾਲਾ HP ਪੈਟਰੋਲ ਪੰਪ ਲੰਘਦੇ ਹੋਏ, ਲਵੇ ਦਾ ਸਾਈਕਲ ਖੜਾ ਸੀ ਸੜਕ ਦੇ ਨਾਲ, ਚਲੋ ਉੱਥੇ ਮੋਟਰਸਾਈਕਲ ਲਾ ਕੇ ਮੈਂ ਦੇਖਿਆ, ਗਾਹਾਂ 'ਚ 4 ਕਦਮ 'ਤੇ ਇਹਦਾ ਸਰੀਰ ਪਿਆ ਸੀ। ਉਸ ਤੋਂ ਬਾਅਦ ਮੈਂ 108 'ਤੇ ਫੋਨ ਕਰਿਆ, ਉਹ ਕਹਿੰਦੇ ਵੀ ਅਸੀਂ ਦੂਰ ਤੋਂ ਬੋਲਦੇ ਹਾਂ, ਨੇੜੇ ਵਾਲੇ ਦਾ ਨੰਬਰ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਮੈਂ 112 'ਤੇ ਕਰਿਆ ਕੰਟਰੋਲ ਰੂਮ 'ਤੇ, ਮਹਾਂ ਜੀ ਇੱਦਾਂ ਕਰਕੇ ਵੀ ਗੱਲਬਾਤ ਹੋ ਗਈ ਵੀ ਖੂਨ ਨਾਲ ਲੱਥਪੱਥ ਹੋਇਆ ਪਈ ਆ ਬੋਡੀ, ਵੀ ਸਾਨੂੰ ਕੋਈ ਤੁਸੀਂ ਮੁਹੱਈਆ ਕਰਾ ਦਿਓ 108 ਨਾ। ਉਹ ਕਹਿੰਦੇ ਚਲੋ ਅਸੀਂ ਕਰਦੇ ਹਾਂ ਵੀ ਅੱਗੇ ਗੱਲ। ਇੰਨੇ ਨੂੰ ਮੈਂ ਫੋਨ ਕਰਤਾ ਸੀਗਾ ਮੁੰਡੇ ਨੂੰ ਪਿੰਡੋਂ ਲਾਲੀ ਨੂੰ, ਉਹ ਗੱਡੀ ਲੈ ਕੇ ਆ ਗਿਆ ਸੀ, 2 ਬੰਦੇ ਨੇ ਮਸਾਂ ਚੱਕ ਕੇ ਗੱਡੀ 'ਚ ਪਾਇਆ। ਉਸ ਕੰਡੀਸ਼ਨ ਹੈ ਨਹੀਂ ਜੀ, ਮੈਂ ਕੰਨ ਕੁੰਨ ਲਾ ਕੇ ਦੇਖਿਆ, ਨਵਜਾਂ ਨੋਜਾਂ ਦੱਬ ਕੇ ਦੇਖੀਆਂ, ਮਤਲਬ ਕਿ ਮੈਨੂੰ ਕੁਛ ਨਹੀਂ ਸੀ ਲੱਗਦਾ, ਬਲੱਡ ਕਿੱਥੋਂ ਨਿਕਲਿਆ, ਕੋਈ ਬਲੱਡ ਦਾ ਕੁਛ ਨਹੀਂ ਪਤਾ ਲੱਗਦਾ ਸੀ ਕਿੱਥੋਂ ਨਿਕਲਿਆ, ਯਾਨੀ ਬਲੱਡ ਨਿਕਲਿਆ ਬਹੁਤ ਸੀਗਾ ਜੀ ਬੋਡੀ 'ਚੋਂ। ਅਤੇ ਉਸ ਤੋਂ ਬਾਅਦ ਜਦੋਂ ਲਿਆ ਕੇ ਐਮਰਜੈਂਸੀ ਇਹਨਾਂ ਨੇ ਸਟੇਟ 'ਤੇ ਪਾ ਕੇ ਅੰਦਰ ਕਰਿਆ, ਚੈੱਕਅਪ ਕਰਿਆ, ਮੈਂ ਡਾਕਟਰ ਸਾਹਿਬ ਦੇ ਨਾਲ ਸੀ, ਉਹ ਕਹਿੰਦੇ ਵੀ ਇਹਦੀ ਬੋਡੀ ਡੈੱਡ ਹੋਈ ਨੂੰ ਤਾਂ ਵੀ ਕਾਫੀ ਸਮਾਂ ਹੋ ਗਿਆ। ਠੀਕ ਹੈ। ਉਸ ਤੋਂ ਬਾਅਦ ਮੈਨੂੰ ਇੱਕ ਬੰਦੇ ਨੇ ਅੱਗੇ ਦੱਸਿਆ, ਕਹਿੰਦੇ ਵੀ ਕਿਸੇ ਤਿੱਖੀ ਚੀਜ਼ ਨਾਲ ਵੀ ਇਹਦੇ ਵਾਰ ਹੋਇਆ ਹੋਇਆ, ਵੀ ਬਾਕੀ ਗੱਲ ਜਿਹੜੀ ਆ, ਹਾਂ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਇਹਨਾਂ ਦੀ ਕਿਸੇ ਡਾਕਟਰ ਦੇ ਬੰਦੇ ਨੇ ਦੱਸਿਆ ਮੈਨੂੰ, ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਪਤਾ ਲੱਗਿਆ। ਲੜਾਈ ਝਗੜਾ ਰੰਜਿਸ਼ ਚੱਲਦੀ ਸੀ, ਇੱਕ 7.5 ਲੱਖ ਦਾ ਠੱਗੀ ਲਾ ਗਿਆ ਸੀ ਇੱਕ ਬੰਦਾ, 302/21 ਉਹਦੇ ਨਾਲ ਉਹਦਾ ਮੁਕੱਦਮਾ ਦਰਜ ਸੀਗਾ ਸਦਰ ਨਾਭੇ ਦੇ, ਨਾਭੇ ਦੇ ਵਿੱਚ ਉਹ ਵੀ ਅੱਗੇ ਧਮਕੀਆਂ ਭਰੀ ਦਰਖਾਸਤ ਵੀ ਦਿੱਤੀ ਹੋਈ ਸੀ DSP ਸਾਹਿਬ ਨੂੰ, ਅਜੇਸ਼ ਛਿੱਬੜ ਸਾਹਿਬ ਨੂੰ, 301/P DSPN ਨਾਭਾ 2022। ਉਹਤੇ ਵੀ ਲੱਗਦਾ ਕਿ ਹੁਣ ਇਹ ਕਤਲ ਆ ਗਿਆ, ਐਕਸੀਡੈਂਟ ਜਾਂ ਕਤਲ ਨਹੀਂ, ਐਕਸੀਡੈਂਟ ਤਾਂ ਨਹੀਂ ਹੈਗਾ ਜੀ, ਦੇਖੋ ਨਾ ਤਾਂ ਸਾਈਕਲ ਨੂੰ ਕੁਛ ਹੋਇਆ, ਸਾਨੂੰ ਤਾਂ ਜਿੱਥੋਂ ਤੱਕ ਲੱਗਦਾ ਵੀ ਇਹ ਕਤਲ ਹੋਇਆ। ਹੁਣ ਕੀ ਮੰਗ ਕਰਦੇ? ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਨਸਾਫ ਦਿੱਤਾ ਜਾਵੇ, ਜੋ ਵੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕਰੀ ਆ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਮਿਲੇ। ਰੋਜ਼ ਰੋਜ਼ ਵਾਰਦਾਤਾਂ ਹੋ ਰਹੀਆਂ, ਰਵਾਇਣਾ ਰੋਡਰ ਦੀਆਂ ਧੱਜੀਆਂ ਉੱਡ ਰਹੀਆਂ ਨੇ ਪੰਜਾਬ ਦੇ ਵਿੱਚ। ਪੂਰਾ ਨਾਂ ਕੀ ਸੀ? ਕਿੰਨੇ? ਸੁਖਦੇਵ ਸਿੰਘ ਸੋਨੀ ਨਾਮ ਸੀ ਜੀ ਦਾ। ਕਿੰਨੇ ਬੱਚੇ? ਇੱਕ ਬੱਚਾ ਸੀ ਇਹਦਾ ਕੈਨੇਡਾ ਦੇ ਵਿੱਚ। ਕਿੰਨੀ ਉਮਰ ਹੈ ਇਹਦੀ ਬਾਈ ਦੀ?
ਇਹ ਤਕਰੀਬਨ 40 ਸਾਲ ਹੋਣੀ ਆ ਜੀ। ਕੰਮ ਕਾਰ ਕੀ ਕਰਦਾ? ਕੰਮ ਕਾਰ ਤਾਂ ਵਿਚਾਰਾ ਹੁਣ 3 ਸਾਲ ਤੋਂ ਆਹੀ ਝਗੜਿਆਂ ਦੇ ਵਿੱਚ ਉਲਝਿਆ ਹੋਇਆ ਸੀਗਾ ਕੰਮ। 3 ਸਾਲ ਮਜ਼ਦੂਰੀ ਕਰਦਾ ਸੀ, ਮਜ਼ਦੂਰੀ ਕਰਦਾ ਸੀ ਵਿਚਾਰਾ। ਅਤੇ ਹੋਸਪਿਟਲ 'ਚੋਂ ਇੰਟੀਮੇਸ਼ਨ ਮਿਲੀ ਸੀ ਸਾਨੂੰ ਵੀ ਕਿ ਡੈੱਡ ਬੋਡੀ ਮਿਲੀ ਹੈ ਸੁਖਦੇਵ ਸਿੰਘ ਨਾਂ ਦੇ ਬੰਦੇ ਦੀ, ਅਤੇ ਅਸੀਂ ਮੌਕੇ 'ਤੇ ਆਏ ਹਾਂ, ਇੱਥੇ ਮੌਕਾ ਦੇਖਿਆ ਅਤੇ ਹੋਸਪਿਟਲ 'ਚ ਆਏ ਹਾਂ, ਬਾਰ 'ਚ ਬੁਲਾਏ ਨੇ ਜੀ। ਜੋ ਬਿਆਨ ਬਣਾਉਂਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਜੀ ਅਤੇ ਪੋਸਟਮਾਰਟਮ ਕਰਾਵਾਂਗੇ। ਪੂਰੇ ਬਰੋਡ ਡੈੱਡ ਆਏ? ਹਾਂਜੀ ਹਾਂਜੀ, ਇੰਟੀਮੇਸ਼ਨ ਮੁਤਾਬਕ ਬਰੋਡ ਡੈੱਡ ਆਇਆ ਹੋਇਆ ਸੀ। ਕਿੱਥੋਂ ਮਿਲੀ ਸੀ? ਇੱਕ ਕਰਾਲੇ ਪਿੰਡ ਦੇ ਕੋਲ ਜੀ, ਪੁਲ ਦੇ ਕੋਲ ਹੋਈ ਜੀ। Government approved SS Group, Session Chowk, Hoshiarpur.